मिलेगी वो गुरी उन्हें के पास है लो भी वीरे रूम ले ले इत्थे असी ठीक है जी पी ओते बर्फ पैन दी ओते पहाड़ डेग पे ऑक्सीजन है नहीं आ रही लैन नहीं वेखो ये वीरे 60 किलोमीटर जड़ी लेके इंडिया च बाकी चाइना च ठीक है जी बहुत ही सोहनी होंगकोंग लेक बहुत सोहनी 3 इडियट की शूटिंग हुई सी जी इत्थे ओ पेड़ स्कूटर वगैरह वीरे हाथ वाइब्रेट करते मैं ठंडी हवा चलती भी बहुत ज़्यादा ठंड लगन दी है क्योंकि सामने स्नो है देख लो हालत बहुत खराब है बाइकर्स अपने गुजरात वाले वीर भी आ गए ने आ गए जी गुजरात वाले वीर भी आ गए गुजरात 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 वाले गुजरात वाले रूम मिल गया पहुँच गए जी रूम च ठंड इन्नी के ज्यादा एक रजाई एक कंबल लिया हुआ दो कंबल एक रजाई ली तू तो सो दे एक और मिल जे ओ तू सोचन ने एक और मिल जे उपरू नाल एक मिनट मैं दिखांदा नाल हुड्डी पजामा ठीक है पूरा सूट पाया वीरे बहुत ठंड है टोपी बहुत नेरा हो लगा इथे हुण तारे कहने इत दो गलैक्सियां दिख रही हैं दो गलैक्सियां ठीक है जी ये बाइक पार्क लगे ने ते बाइक ते अपने गर्म ने ते हुण आपां भी हो लगे गर्म सारे होटल बिजी हुण दो मुंडे आए सी कहंदे वीरे असी 20 किलोमीटर फिर के वेख लिया सानू कोई रूम नहीं मिलना ते हुण असी चलदे हां जी सामने इहनां दा रेस्टोरेंट है ते रेस्टोरेंट विच ही आपां अपना कीता समान शिफ्ट रम चलदी है स्मगलर आपां नूं पई 1700 रुपए की 1700 की पई है कहिंदा रेस्टोरेंट च बह के पियो आराम नाल इत्थे बह के दारू पीने नाल इंजॉयमेंट करते हैं अपने वीर गुजरात वाले ना ओके वीरे ठीक है जी बाकी तुहानू नाइट व्यू दिखांदे असीं भाई बैठे पेंगोंग लेक दे ते पहला तो जिन्नी भी थां ते थल्ले रहे हां किते थोड़ी जी ठंड किते ज्यादा किते थोड़ी किते ज्यादा पर इत्थे जिहड़ी ठंड आ साडी बर्दाश्त तों बाहर हो गई पहला थल्ले इनर पाया उहदे उत्ते कोटी पाई कोटी दे उत्ते जैकेट पाई जैकेट उत्ते लोई लई आ तो उत्ते आ टोपी उहदे बाद ही सानू ठंड लगदी आ ते थल्ले देख आ कैमरा भी आ जराबां पाईआं जी गर्म करन लाया सी कुदरती ਉਹ ਸਾਥ ਦੇ ਗਿਆ ਅਸੀਂ ਸੋਚਦੇ ਸੀ ਕਿ ਖਰੇ ਕੱਪੜੇ ਚੁੱਕਣ ਦੀ ਲੋੜ ਹੀ ਨਹੀਂ ਆ ਵੀਰੇ ਜਿੰਨੇ ਪੈਂਗੋਂਗ ਆਉਣਾ ਆ ਪੂਰੇ ਕੱਪੜੇ ਪਾ ਕੇ ਆਇਓ ਤੇ ਗਰਮ ਕੱਪੜੇ ਜਿੰਨੇ ਹੁੰਦੇ ਨਾਲ ਲੈ ਕੇ ਆਇਓ ਠੰਡ ਬਹੁਤ ਜ਼ਿਆਦੀ ਆ ਵੀਰੇ ਹੱਥ ਕੰਮਨ ਦੇ ਆ ਇਹ ਨਾ ਕਿ ਉਹ ਵੀ ਫੋਨ ਹਿੱਲ ਰਿਹਾ ਇਹ ਠੰਡ ਕਰਕੇ ਹੱਥ ਕੰਮ ਰਿਹਾ ਵੀਡੀਓ ਨਹੀਂ ਬਣ ਰਹੀ ਬਾਈ ਸਾਡਾ ਗੁਜਰਾਤ ਦਾ ਵੇਖ ਕੀ ਹਾਲ ਹੋਇਆ ਉਹ ਵੇਖੋ ਸੁੰਗੜ ਕੇ ਬੈਠਾ ਹੀ ਭਾਈ ਲੋਕ ਜੋ ਵੀ ਲੈ ਕੇ ਆ ਗਰਮ ਕੱਪੜਾ ਪੂਰੇ ਲੈ ਕੇ ਆ ਲੈ ਕੇ ਆ ਹਾਂ ਸਹੀ ਬੋਲ ਰਹੇ ਭਾਈ ਸਾਹਿਬ ਮਜ਼ਾਕ ਵਿੱਚ ਮਤ ਲੈਣਾ ਪੈਂਗੋਂਗ ਲੋਕ ਕੋ
ਸਤਿ ਸ਼੍ਰੀ ਅਕਾਲ ਜੀ। ਅੱਜ ਹੈਗੀ ਹੈ ਜੀ ਤਰੀਕ 26 ਜੂਨ 2021। ਸਵੇਰ ਦੇ ਵੱਜ ਗਏ ਨੇ 7। ਪਹਿਲਾਂ ਤੁਹਾਨੂੰ ਵਿਊ ਦਿਖਾ ਦਿੱਤਾ ਜੀ ਅੱਜ ਬਾਹਰ ਦਾ, ਅਤੇ ਸਨਰਾਈਜ਼ ਦਾ ਵਿਊ ਤੁਹਾਨੂੰ ਦਿਖਾ ਦਿੱਤਾ। ਅਤੇ ਵੀਰੇ ਇੱਥੇ ਦੀ ਜੀ ਤੁਹਾਨੂੰ ਲੇਕ ਦੀ ਸਭ ਤੋਂ ਮਾੜੀ ਗੱਲ ਇਹ ਵੇ ਵੀ ਇੱਥੇ ਲਾਈਟ ਦਾ ਬਿਲਕੁਲ ਮਾੜਾ ਹਾਲ ਹੈ। ਲਾਈਟ ਸਿਰਫ ਸ਼ਾਮ ਨੂੰ 7:30 ਤੋਂ 10:30 ਤੱਕ ਹੀ ਛੱਡਦੇ ਨੇ, ਕਿਉਂਕਿ ਜਨਰੇਟਰ ਇਹਨਾਂ ਨੇ ਆਪਣੇ ਰੱਖੇ ਨੇ, ਇੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ। ਦੂਸਰਾ ਵੀਰੇ ਇੱਥੇ ਪਾਣੀ ਬਰਫ਼ ਨਾਲ ਵੀ ਠੰਡਾ, ਗਰਮ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਤੁਸੀਂ ਜੇ ਕਹੋ ਵੀ ਅਸੀਂ ਉੱਥੇ ਜਾ ਕੇ ਨਹਾਵਾਂਗੇ, ਵੀਰੇ ਪਿੱਛੇ ਰਾਹ ਕੇ ਆਇਓ, ਇੱਥੇ ਇੱਕ ਰਾਤ ਜਦੋਂ ਤੁਸੀਂ ਸਟੇ ਕਰਨੀ ਅਗਲੇ ਦਿਨ ਤੁਹਾਡੇ ਕੋਲ ਨਹੀਂ ਨਹਾਤਾ ਜਾਣਾ, ਇੰਨਾ ਠੰਡਾ ਪਾਣੀ ਹੈ। ਅਤੇ ਬਾਕੀ ਇਹ ਲੇਕ ਦਾ ਜਿਹੜਾ ਨਾਂ ਹੈ ਇਹ ਚਾਈਨਾ ਦੇ ਨਾਂ ਤੋਂ ਰੱਖਿਆ ਗਿਆ, ਚਾਈਨਾ ਵਾਲਿਆਂ ਦਾ ਹੀ ਨਾਮ ਹੈ, ਉਹਨਾਂ ਨੇ ਰੱਖਿਆ ਸੀ ਹਿੰਦੁਸਤਾਨ ਨੇ। ਅਤੇ ਬਹੁਤ ਵਧੀਆ ਇੱਥੇ ਮੇਨਟੇਨ ਕੀਤੀ ਹੈ ਲੇਕ। ਅਤੇ ਬਾਕੀ ਵੀਰੇ ਲੇਕ ਦਾ ਬਹੁਤ ਸੋਹਣਾ ਵਿਊ ਹੈ, ਲੋਕ ਬਹੁਤ ਕੁਝ ਕਹਿੰਦੇ ਨੇ ਰਾਹ ਟੁੱਟਿਆ ਜੀ, ਰਾਹ ਇੱਦਾਂ ਉੱਦਾਂ, ਬਹੁਤ ਵਧੀਆ ਰਾਹ ਹੈ ਵੀਰੇ, ਪੂਰਾ ਐਨ ਕੈਂਪ ਬਣੇ ਹੋਏ ਨੇ। ਅਤੇ ਇੱਥੇ ਸਾਹ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਇੱਥੇ ਬੈਠੇ ਹੋਏ ਹਾਂ, ਥੋੜ੍ਹੀ ਬਹੁਤ 19-21 ਦੀ ਹੋਏਗੀ, 19-21 ਦੀ ਪ੍ਰੋਬਲਮ ਹੋਏਗੀ, ਬਹੁਤੀ ਜ਼ਿਆਦਾ ਨਹੀਂ ਹੈਗੀ। ਬਾਕੀ ਮੇਰਾ ਭਰਾ ਜਿੰਨੇ ਵੀ ਲੇਹ ਲਦਾਖ ਆਉਣਾ ਇੱਥੇ ਜ਼ਰੂਰ ਆਇਓ। ਇੱਥੇ 3 ਇਡੀਅਟ ਫਿਲਮ ਦੀ ਵੀ ਸ਼ੂਟਿੰਗ ਹੋਈ ਹੈ, ਜਿੱਥੇ ਐਂਡ 'ਤੇ ਸਕੂਟਰ 'ਤੇ ਲੈ ਕੇ ਆਉਂਦੀ ਹੈ ਇਹਨੂੰ ਲੱਭਣ ਰੈਂਚੋ ਨੂੰ, ਸਕੂਟਰ ਪੀਲੇ ਦੇ ਪਿੱਛੇ ਉਹ ਆਟੇ ਵਾਲੀ ਚੱਕੀ ਲਾ ਕੇ, ਅਤੇ ਰੈਂਚੋ ਇੱਥੇ ਹੀ ਨਿਆਣਿਆਂ ਨੂੰ ਲੈ ਕੇ ਆਇਆ ਹੁੰਦਾ ਅਤੇ ਨਿਆਣਿਆਂ ਨੂੰ ਪੜ੍ਹਾਉਂਦਾ ਹੁੰਦਾ, ਇਹ ਉਹ ਜਗ੍ਹਾ ਵੀਰੇ। ਬਾਕੀ ਤੁਹਾਨੂੰ ਫਿਲਮ ਵਿੱਚ ਵੀ ਪਤਾ ਲੱਗ ਜਾਏਗੀ, ਇਹ ਲਾਸਟ ਸੀਨ ਹੈ ਫਿਲਮ ਦਾ ਜੋ ਇੱਥੇ ਸ਼ੂਟ ਕੀਤਾ ਗਿਆ। ਚਲੋ ਜੀ, ਮਿਲਦੇ ਹਾਂ ਹੁਣ ਅਗਲੀ ਡੈਸਟੀਨੇਸ਼ਨ 'ਤੇ। ਓਕੇ ਜੀ, ਸਤਿ ਸ਼੍ਰੀ ਅਕਾਲ। ਮਾਤਾ ਕੱਲ ਵੀ ਤੁਹਾਡੇ ਪਾਸ ਆਏ ਥੇ, ਜਬ ਵੀ ਆਓ ਇਸ ਮਾਤਾ ਕੇ ਪਾਸ ਆ ਕੇ ਮਿਲਣਾ, ਯੇ ਇਨਕੀ ਮਾਲਕ ਹੈ ਸਭੀ ਕੀ, ਠੀਕ ਹੈ ਨਾ ਮਾਤਾ।